ਚਮਕਦੇ ਸਤਾਰੇ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਮੈਂ ਦਵਿੰਦਰ ਵਰਮਾ। ਡੇਟ ਆਫ ਬਰਥ ਤੇ ਟਾਈਮ ਤੁਰੰਤ ਤੁਹਾਡੀ ਸਮੱਸਿਆ ਦਾ ਹੱਲ। ਹੈਲੋ ਹੈਲੋ, ਨਮਸਕਾਰ ਜੀ। ਨਮਸਕਾਰ ਜੀ, ਡੇਟ ਆਫ ਟਾਈਮ ਬੋਲੋ। 14-8-90। 14-8-90। ਹਾਂ ਜੀ, ਮੈਂ ਨਾ ਰਿਸ਼ਤਾ ਕਰਨਾ ਤੇ ਲੜਕੀ ਦਾ ਜਨਮ ਦੇਖਣਾ ਹੈਗਾ। ਇੱਕ ਮਿੰਟ ਜੀ, 90 ਜਨਮ ਦਾ ਟਾਈਮ? ਹਾਂ ਜੀ, ਇਹ ਲੜਕੇ ਦਾ ਹੈ ਤੇ ਲੜਕੀ ਦਾ ਜਨਮ ਦਾ ਟਾਈਮ ਪਹਿਲੇ ਲੜਕੇ ਦਾ ਦੱਸੋ। ਉਹ 2:30 ਵਜੇ ਦਾ, ਦੁਪਹਿਰ ਦਾ। ਹੁਣ ਦੱਸੋ ਤੁਸੀਂ ਲੜਕੀ ਦੀ ਡੇਟ ਆਫ ਟਾਈਮ। 10-12-92। ਜਨਮ ਦਾ ਟਾਈਮ? 10-12-92 ਜਨਮ ਦਾ ਨਹੀਂ ਪਤਾ। ਲੜਕੀ ਦਾ ਜਨਮ ਨਹੀਂ ਪਤਾ? ਨਾ ਜੀ। ਕਿਹੜੀ ਜਗ੍ਹਾ ਤੋਂ ਬੋਲ? ਸਬੋਰ ਤੋਂ। ਇੱਕ ਮਿੰਟ ਜੀ, ਇੱਕ ਸਕਿੰਟ ਰੁਕੋ। ਨਹੀਂ ਜੀ, ਅਬੋਹਰ ਤੋਂ। ਕੋਈ ਗੱਲ ਨਹੀਂ, ਮੈਂ ਇੱਕ ਮਿੰਟ, ਮੈਂ ਕਿਹਾ ਰੁਕੋ। ਅੱਛਾ ਜੀ, ਠੀਕ ਹੈ। ਜੇ ਤਾਂ ਇਹਦਾ ਜਨਮ ਦੁਪਹਿਰੇ 2 ਵਜੇ ਤੱਕ ਦਾ ਹੈਗਾ, ਹਾਂਜੀ, ਤਾਂ ਬਹੁਤ ਅੱਛੀ ਗੱਲ ਹੈ। ਅੱਛਾ ਜੀ, ਠੀਕ ਹੈ ਜੀ। ਜੇ 2 ਵਜੇ ਤੋਂ ਬਾਅਦ ਦਾ ਹੈਗਾ, ਹਾਂਜੀ, ਗੁਣ ਫਿਰ ਵੀ ਮਿਲਦੇ ਆ। ਅੱਛਾ ਜੀ, ਗੁਣ ਮਿਲਦੇ ਆ। ਹਾਂ, ਫਿਰ ਘੱਟ ਮਿਲਦੇ ਆ। ਅੱਛਾ ਜੀ, ਤੇ ਤੁਸੀਂ ਜਦੋਂ ਇਹਦਾ ਵਿਆਹ ਕਰਨਾ ਆ ਲੜਕੇ ਦਾ, ਉਦੋਂ ਪੁੱਛਣਾ ਜ਼ਰੂਰ ਹੈ, ਨਹੀਂ ਤਾਂ ਇਹਨੇ ਤੁਹਾਡੇ ਨਾਲ ਨਹੀਂ ਰਹਿਣਾ। ਅੱਛਾ ਜੀ, ਇੱਕ ਗੱਲ ਚੰਗੀ ਤਰ੍ਹਾਂ ਸੁਣ ਲਿਓ, ਵਿਆਹ ਕਰ ਸਕਦੇ ਜੇ ਤਾਂ 2 ਵਜੇ ਦਾ ਤੱਕ ਦਾ ਜਨਮ ਹੈ, ਫਿਰ ਤਾਂ ਬਹੁਤ ਵਧੀਆ ਗੱਲ ਹੈ। 2 ਵਜੇ ਤੋਂ ਪਹਿਲੇ ਦੇ 27 ਗੁਣ, 2 ਵਜੇ ਤੋਂ ਬਾਅਦ ਦੇ 19.5 ਗੁਣ ਮਿਲਦੇ ਆ। ਗੁਣ ਦੋਨਾਂ ਪਾਸੇ ਮਿਲਦੇ ਆ। ਅੱਛਾ ਅੱਛਾ, ਇਹ ਲੜਕੀ ਦਾ ਜਨਮ 2 ਵਜੇ ਦਾ ਹੋਣਾ ਚਾਹੀਦਾ? ਜੇ ਲੜਕੀ ਦਾ ਜਨਮ 2 ਵਜੇ ਤੋਂ ਪਹਿਲੇ ਦਾ ਹੈਗਾ, 2 ਵਜੇ ਤੱਕ ਦਾ ਹੈਗਾ, ਤੇ ਬਹੁਤ ਅੱਛੀ ਗੱਲ ਹੈ। ਤੇ ਜੇ 2 ਵਜੇ ਤੋਂ ਬਾਅਦ ਹੈ ਕੁੰਡਲੀ, ਤਾਂ ਵੀ ਮਿਲਦੀ ਹੈ, ਕਰ ਸਕਦੇ। ਬਾਕੀ ਸਹੀ ਹੈ ਜੀ? ਬਾਕੀ ਸਹੀ ਹੈ, ਨਹੀਂ ਕਰ ਸਕਦੇ? ਹਾਂਜੀ, ਕਰ ਸਕਦੇ ਹਾਂ। ਠੀਕ ਹੈ ਜੀ, ਜੈ ਸ਼੍ਰੀ ਰਾਮ। ਹੈਲੋ ਹੈਲੋ ਜੀ, 31 ਅਕਤੂਬਰ 1997। 31 ਅਕਤੂਬਰ 1997 ਜਨਮ ਦਾ ਟਾਈਮ? ਦੁਪਹਿਰੇ 12 ਵਜੇ ਤੋਂ ਪਹਿਲਾਂ ਦਾ ਜੀ। ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਸਰ, ਪੜ੍ਹਾਈ ਬਾਰੇ ਪੁੱਛਣਾ ਚਾਹੁੰਦੇ ਹਾਂ। ਤੁਹਾਨੂੰ ਪਹਿਲਾਂ ਵੀ ਫੋਨ ਕੀਤਾ, ਥੋੜੇ ਦਿਨ ਪਹਿਲਾਂ ਤੁਸੀਂ ਕਿਹਾ ਸੀ ਵੀ 2 ਵਾਰੀ ਪਨੀਰ ਦਾ ਪਾਣੀ ਪੀਣਾ ਵਾ, ਉਸ ਤੋਂ ਬਾਅਦ ਗੱਲ ਕਰਿਓ। ਕਿੱਦਾਂ ਕਿੱਦਾਂ ਪਹਿਲੇ ਕੀ ਪੁੱਛਿਆ ਸੀਗਾ? ਪਹਿਲਾਂ ਵੀ ਸਰ ਇਹੀ ਪੁੱਛਿਆ ਸੀ, ਪੜ੍ਹਾਈ ਬਾਰੇ ਪੁੱਛਿਆ ਸੀਗਾ ਵੀ। ਕੋਈ ਦਿੱਕਤ ਨੀ ਹੈਗੀ, ਇਹਦੀ ਪੜ੍ਹਾਈ ਜਾ ਕੇ ਬੱਚੇ ਦੀ 2021 ਦੇ ਵਿਚ ਆ ਕੇ ਪ੍ਰੋਬਲਮ ਕ੍ਰੀਏਟ ਹੋਊਗੀ, ਕਾਰੋਬਾਰ ਦੀ, ਸੱਟ ਪੇਟ ਦੀ, ਕਈ ਤਰ੍ਹਾਂ ਦਾ ਨੁਕਸਾਨ ਦੀ ਹੋਊਗੀ। ਅੱਛਾ ਜੀ, ਤੇ ਹੁਣ ਤੁਹਾਨੂੰ ਹੁਣ ਪੁੱਛਣਾ ਕੀ ਹੈ ਇਹਦਾ? ਦੂਜੇ ਨੰਬਰ ਤੇ ਇਹ ਹੈ ਕਿ ਮਾਤਾ ਪਿਤਾ ਦੇ ਪੈਰੀ ਹੱਥ ਲਾਣੇ, ਚਾਵਲ ਇੱਕ ਵਾਰੀ ਸੋਮਵਾਰ ਨੂੰ ਦਾਨ ਦੇਣੇ, ਪੜ੍ਹਾਈ ਠੀਕ ਰਹੂਗੀ। ਅੱਛਾ ਜੀ, ਉਸ ਤੋਂ ਬਾਅਦ ਪੁੱਛੀ ਜਾਓ, ਸਾਲ ਦੇ ਵਿੱਚ 2 ਵਾਰੀ ਕਿੱਥੇ ਜਾਣਾ? ਸਾਲ ਦੇ ਵਿੱਚ 2 ਵਾਰੀ ਪੁੱਛਦੇ ਰਹੋ ਇਹਦੇ ਬਾਰੇ। ਸਾਲ 'ਚ 2 ਵਾਰੀ? 2 ਵਾਰੀ ਪੁੱਛ ਲਿਆ ਕਰੋ। ਜੈ ਸ਼੍ਰੀ ਰਾਮ। ਹੈਲੋ, ਹਾਂਜੀ ਨਮਸਕਾਰ ਜੀ, ਡੇਟ ਆਫ ਟਾਈਮ ਬੋਲੋ। ਮੈਂ ਆਪਣੀ ਬੇਟੀ ਬਾਰੇ ਪੁੱਛਣਾ ਜੀ, ਉਹਦਾ ਜਨਮ ਹੈਗਾ 22-8-96। ਜਨਮ ਦਾ ਟਾਈਮ? ਰਾਤ ਦੇ 11:09। ਕੀ ਪੁੱਛਣਾ ਚਾਹੁੰਦੇ ਹੋ? ਇਹਦੀ 15 ਦਿਨ ਹੋ ਗਏ, ਨੌਕਰੀ ਤੋਂ ਵੀ ਪਰੇਸ਼ਾਨ ਆ ਤੇ ਇਹਦੀ ਗੱਡੀ ਵੀ ਠੁਕੀ ਆ ਕਿਸੇ 'ਚ। ਦਰਅਸਲ ਭੈਣ ਜੀ, ਇਹ ਪਰੇਸ਼ਾਨ ਤਾਂ 8ਵੇਂ ਮਹੀਨੇ ਤੋਂ ਚੱਲ ਰਹੀ ਹੈ। ਅੱਛਾ ਜੀ, ਪਰੇਸ਼ਾਨੀ ਇਹਨੂੰ ਕੋਈ ਹੈ, ਗੱਲ ਕੋਈ ਬਣ ਜਾਂਦੀ ਹੈ।
ਇਹਨੂੰ ਖਾਲੀ ਦਹੀਂ ਮਲ ਕੇ ਨਾਵੇ। ਠੀਕ ਹੈ ਜੀ। ਬਾਕੀ ਮੋਬਾਈਲ ਵਿਹਲੇ ਟਾਈਮ ਘੱਟ ਯੂਜ ਕਰਿਆ ਕਰੇ। ਰੋਟੀ ਜਿੱਥੇ ਬੰਦੀ ਬੈਠ ਕੇ ਖਾਵੇ, ਪਿੱਪਲ ਤੇ ਇੱਕ ਦੋ ਵਾਰੀ ਜਲ ਚੜਾ ਦੇਵੇ ਇਤਵਾਰ ਛੱਡ ਕੇ। ਜੈ ਸ਼੍ਰੀ ਰਾਮ। ਹੈਲੋ। ਹੈਲੋ, ਰਾਮ ਰਾਮ ਪੰਡਿਤ ਜੀ। ਡੇਟ ਟਾਈਮ ਬੋਲੋ। 17 ਅਗਸਤ 1998 ਹਾਂਜੀ। ਜਨਮ ਦਾ ਟਾਈਮ 8:45 ਸ਼ਾਮ ਦਾ। ਕੀ ਪੁੱਛਣਾ ਚਾਹੁੰਦੇ ਹੋ ਜੀ? ਬੇਟੇ ਨੂੰ ਬਾਹਰ ਭੇਜਣਾ ਚਾਹੁੰਦੇ ਆ, ਉਹਦੇ ਬਾਰੇ ਪੁੱਛਣਾ ਚਾਹੁੰਦੇ ਆ ਜੀ, ਬਣ ਨਹੀਂ ਰਿਹਾ। ਆਈਲੈਟਸ ਦੇ ਪੇਪਰ ਦਿੱਤਾ ਕਿ ਨਹੀਂ? ਹਾਂਜੀ, 4 ਵਾਰ ਦਵਾਤਾ ਪੰਡਤ ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਹਾਂਜੀ, ਅਸੀਂ ਪਾਰਸੋ ਕੋਲੋਂ ਬੋਲਦੇ ਆ ਜੀ। ਤੁਸੀਂ ਮੈਨੂੰ ਆਣ ਕੇ ਮਿਲਣਾ ਚਾਹ 20 ਵਾਰੀ ਪੇਪਰ ਦਵਾ ਦਿਓ। ਹਾਂਜੀ, ਇਹਨੇ ਉਦਾਂ ਹੀ ਰਹਿਣਾ, ਤਾਂ ਦਿਮਾਗ ਹੀ ਨਹੀਂ ਚੱਲਦਾ। ਹਾਂਜੀ ਹਾਂਜੀ। ਸਭ ਤੋਂ ਵੱਡੀ ਚੀਜ਼ ਪਤਾ ਕੀ ਹੈ? ਹਾਂਜੀ, ਇਹਨੂੰ ਥੋੜੀ ਜਿਹੀ ਮਿਹਨਤ ਕਰਨੀ ਪੈ ਜੇ, ਮੌਤ ਪੈ ਜਾਂਦੀ ਹੈ। ਹਾਂਜੀ, ਪਿਆਰ ਨਾਲ ਕੰਮ ਜਿੰਨਾ ਮਰਜ਼ੀ ਲੈ ਲਓ, ਤੁਹਾਨੂੰ ਦਿਲ ਦਾ ਭੇਤ ਨਹੀਂ ਦਿੰਦਾ। ਹਾਂਜੀ, ਪਿਆਰ ਨਾਲ ਤਾਂ ਜੀ ਕੰਮ ਬਹੁਤ ਦੇ ਦਿੰਦਾ। ਹਾਂ, ਪਿਆਰ ਨਾਲ ਹੀ। ਤੁਸੀਂ ਮੈਨੂੰ ਆਣ ਕੇ ਮਿਲਣਾ ਹੈ। ਹਾਂਜੀ ਸਰ। ਨਾਲ ਕੋਈ ਤੁਹਾਡੇ ਘਰ ਦਾ ਵਿਅਕਤੀ ਨਾਲ ਜ਼ਰੂਰ ਆਵੇ, ਮੁੰਡਾ ਵੀ ਆਵੇ। ਹਾਂਜੀ ਹਾਂਜੀ। ਬਸ ਇਹਦਾ ਕੰਮ ਬਣ ਜਾਣਾ, ਤੁਸੀਂ ਉਹ ਟੈਨਸ਼ਨ ਨਾ ਲਓ। ਹਾਂਜੀ, ਜੈ ਸ਼੍ਰੀ ਰਾਮ। ਠੀਕ ਹੈ ਜੀ, ਆਪਾਂ ਇਹਨੂੰ ਭੇਜਣਾ ਕੋਈ ਤਰੀਕਾ ਹੋਰ ਬਣਾਵਾਂਗੇ। ਬੱਚਾ ਬਾਹਰ ਚਲੇ ਜੂਗਾ, ਟੈਨਸ਼ਨ ਨਹੀਂ ਲੈਣੀ ਕੋਈ। ਇਹਨੂੰ ਕਹਿਣਾ ਝੂਠ ਨਹੀਂ ਬੋਲਣਾ, ਜਲਦੀ ਉੱਠਣਾ, ਨਹਾਉਣ ਤੋਂ ਬਾਅਦ ਬੁਰਸ਼ ਕਰਨਾ, ਸਿਰ ਢੱਕ ਕੇ ਰੱਖਣਾ। ਜੈ ਸ਼੍ਰੀ ਰਾਮ। ਹੈਲੋ। ਹੈਲੋ, ਸਤਿ ਸ੍ਰੀ ਅਕਾਲ ਪੰਡਿਤ ਜੀ। ਡੇਟ ਔਰ ਟਾਈਮ ਬੋਲੋ। 24/10/1990। ਜਨਮ ਦਾ ਟਾਈਮ? ਸੂਬੇ ਕੇ 4:10। ਕੀ ਪੁੱਛਣਾ ਚਾਹੁੰਦੇ ਹੋ? ਇਸ ਸ਼ਾਦੀ ਕੇ ਬਾਰੇ ਮੈਂ ਪੁੱਛਣਾ ਪੰਡਿਤ ਜੀ। ਬੜੇ ਦਿਨ ਕੇ ਬਾਅਦ ਕਾਲ ਲੱਗੀ ਅੱਜ। ਹਾਂਜੀ ਪੰਡਿਤ ਜੀ। ਕੀ ਪੁੱਛਣਾ ਹੈ? ਸ਼ਾਦੀ ਕੇ ਬਾਰੇ ਮੈਂ। ਸ਼ਾਦੀ ਦਾ ਯੋਗ ਕਬ ਬਣੇਗਾ ਜੀ? उसके बारे में तुमने मेरे को सुबह फोन करना है। सर ढक के रखना, जल्दबाजी नहीं करनी, किसी से फालतू बहसना नहीं है। किस नंबर पे करने पड़े जी फोन? जिस मर्जी पे कर लेना, 10 बजे के बाद। जय श्री राम। हेलो। 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 हाँ जी, डेट ऑफ बर्थ बोलो। 1997 ਕਿਸੇ ਨੂੰ ਪੈਸੇ ਨਾ ਦੇ ਬੈਠੀ, ਕਿਸੇ ਵੀ ਕੰਮ ਵਾਸਤੇ ਪੈਸੇ ਤੁਹਾਡੇ ਖਰਾਬ ਹੋਊਗੇ। ਇਹਨੂੰ ਪਹਿਲੇ ਇੱਕ ਚਾਂਦੀ ਦਾ ਕੜਾ ਪਾਓ ਤੇ ਕੋਈ ਸੁਖਣਾ ਨੀ ਸੁਖਣੀ। ਇਹ ਦੋ ਅਪਾਏ ਮੈਂ ਤੁਹਾਨੂੰ ਦੱਸੇ, ਪਹਿਲੇ ਕਰਕੇ ਦੇਖੋ ਤੁਹਾਨੂੰ ਕੀ ਮਹੀਨੇ ਚ ਫਾਇਦਾ ਹੁੰਦਾ, ਫਿਰ ਆਪਾਂ ਦੁਬਾਰਾ ਗੱਲ ਕਰਾਂਗੇ। ਨੌਕਰੀ ਵਾਸਤੇ ਪੈਸੇ ਕਿਸੇ ਨੂੰ ਨੀ ਦੇਣੇ, ਪੈਸੇ ਖਰਾਬ ਹੋ ਜਾਊਗੇ। ਜੈ ਸ਼੍ਰੀ ਰਾਮ। ਹੈਲੋ। ਹੈਲੋ। ਹਾਂਜੀ, ਡੇਟ ਔਰ ਟਾਈਮ ਬੋਲੋ ਜੀ। 3/7/1970 3/7/1970 ਜਨਮ ਦਾ ਟਾਈਮ? 1:30 ਦੁਪਹਿਰ। ਹਾਂਜੀ, ਕੀ ਪੁੱਛਣਾ ਜੀ? ਸਿਹਤ ਬਾਰੇ ਪੁੱਛਣਾ ਸੀ, ਠੀਕ ਨਹੀਂ ਰਹਿੰਦੀ। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਕੁਰੂਕਸ਼ੇਤਰ ਤੋਂ। ਵੀਰਵਾਰ ਤੋਂ ਵੀਰਵਾਰ ਤੱਕ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ, ਧਾਗਾ ਤਵੀਤ ਘਰ ਦੇ ਵਿੱਚ ਨਹੀਂ ਰੱਖਣਾ। ਜਲਦੀ ਧਾਗਾ ਤਵੀਤ ਘਰ ਚ ਨਹੀਂ ਰੱਖਣਾ, ਜਲਦੀ ਉੱਠਣਾ। ਵੀਰਵਾਰ ਤੋਂ ਵੀਰਵਾਰ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ, ਝੂਠ ਨੀ ਬੋਲਣਾ। ਇਹ ਡੇਟ ਔਰ ਕਿਹਦੀ ਹੈ? ਮੰਮੀ ਦੀ ਮੇਰੀ। ਬਸ ਮੰਮੀ ਨੂੰ ਕਹਿ ਦੇਣਾ
ਤੇ ਦੂਜੇ ਨੰਬਰ ਤੇ ਦਹੀਂ ਦੇ ਵਿੱਚ ਨਿੰਬੂ ਦਾ ਰਸ ਪਾ ਕੇ ਸਰੋਂ ਦਾ ਤੇਲ ਥੋੜਾ ਜਿਹਾ ਪਾ ਕੇ ਫਿਰ ਸਰੀਰ ਤੇ ਮਲ ਕੇ ਨਹਾਣਾ ਆ। ਜੈ ਸ਼੍ਰੀ ਰਾਮ। ਹੈਲੋ ਹੈਲੋ ਹਾਂਜੀ ਵੀਰ ਜੀ, ਡੇਟ ਟੂ ਟਾਈਮ ਬੋਲੋ। 5/8/1990 ਜੀ। ਜਨਮ ਦਾ ਟਾਈਮ? ਸ਼ਾਮ 7 ਤੋਂ 7:30 ਦੇ ਵਿੱਚ ਹੈ। ਹਾਂਜੀ ਕੀ ਪੁੱਛਣਾ ਚਾਹੁੰਦੇ ਹੋ? ਪੰਡਿਤ ਜੀ ਸ਼ਾਦੀ ਬਾਰੇ ਪੁੱਛਣਾ ਚਾਹੁੰਦੇ ਆ ਤੇ ਕੰਮਕਾਰ ਬਾਰੇ ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਕਰੜ ਤੋਂ ਬੋਲਦੇ। ਡੁਪਲੀਕੇਟ ਸ਼ਾਦੀ ਕਰਕੇ ਸ਼ਾਦੀ ਕਰਨੀ ਹੈ ਬੱਚੇ ਦੀ। ਅੱਛਾ ਜੀ। ਸਿਰ ਢੱਕ ਕੇ ਰੱਖਣਾ ਧੁੱਪ ਦੇ ਵਿੱਚ। ਅੱਛਾ ਜੀ। ਬੱਚੇ ਨੇ? ਅੱਛਾ ਜੀ। ਠੀਕ ਹੈ ਜੀ। ਕੁੱਤੇ ਦੀ ਸੇਵਾ ਕਰਨੀ ਕਦੇ ਕਦੇ। ਠੀਕ ਹੈ ਜੀ। ਤੇ ਵੈਸੇ ਤਾਂ ਦੇਖੋ ਜੀ ਵੀਰ ਜੀ, ਸ਼ਾਦੀ ਦਾ ਯੋਗ ਹੈ ਜਿਹੜਾ, ਗੱਲ ਜਿੱਥੇ ਵੀ ਚਲਾਓਗੇ ਰੁਕ ਜਾਊਗੀ। ਹਾਂਜੀ। ਠੀਕ ਹੈ ਜੀ। ਹਲੇ ਰੁਕ ਜਾਓ, ਹੋਲੀਆਂ ਤੋਂ ਬਾਅਦ ਦੇਖਣਾ ਸ਼ੁਰੂ ਕਰੀਓ ਤੁਸੀਂ। ਹੋਲੀ ਤੋਂ ਬਾਅਦ? ਹਾਂਜੀ ਹਾਂਜੀ। ਤੇ ਇਹਦੀ ਡੁਪਲੀਕੇਟ ਸ਼ਾਦੀ ਕਰਕੇ ਸ਼ਾਦੀ ਕਰਨੀ ਹੈ। ਵੀਰਵਾਰ ਤੋਂ ਵੀਰਵਾਰ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ ਹੈ ਤੇ ਵਿਆਹ ਤੋਂ ਪਹਿਲੇ ਮੈਨੂੰ ਮਿਲਣਾ ਜ਼ਰੂਰ ਹੈ। ਠੀਕ ਹੈ ਜੀ। ਨਹੀਂ ਤਾਂ ਇਸ ਬੱਚੇ ਨੇ ਤੁਹਾਡੇ ਨਾਲ ਨਹੀਂ ਰਹਿਣਾ ਵਿਆਹ ਤੋਂ ਬਾਅਦ। ਠੀਕ ਹੈ ਜੀ। ਤੇ ਡੁਪਲੀਕੇਟ ਸ਼ਾਦੀ ਕਿਵੇਂ ਕਰਨੀ? ਉਹ ਤੁਸੀਂ ਪੰਡਿਤ ਜੀ ਕੋਲੇ ਚਲੇ ਜਾਓ, ਆਪੇ ਕਰ ਦੇਣੀ, ਕਿਸੇ ਵੀ ਮੰਦਿਰ 'ਚ ਚਲੇ ਜਾਓ। ਠੀਕ ਹੈ ਜੀ। ਜੈ ਸ਼੍ਰੀ ਰਾਮ। ਹੈਲੋ ਹੈਲੋ, ਡੇਟ ਆਫ ਟਾਈਮ ਬੋਲੋ। ਤੇ ਡੇਟ ਆਫ ਟਾਈਮ 3/8/1985। 3/8/1985। ਹਾਂਜੀ। ਤੇ ਟਾਈਮ ਹੈਗਾ ਸਵੇਰ ਦਾ 3:04:05। ਹਾਂਜੀ ਕੀ ਪੁੱਛਣਾ ਚਾਹੁੰਦੇ ਹੋ? ਸਰ ਮੇਰੀ ਨਾ ਕਿਤੇ ਨੌਕਰੀ ਨੀ ਲੱਗ ਰਹੀ ਕਿਤੇ। ਪਹਿਲੇ ਮੈਂ ਕੰਮ ਕਰਦਾ ਸੀ 2-3 ਸਾਲ ਪਹਿਲਾਂ, ਉਸ ਤੋਂ ਬਾਅਦ ਮੇਰਾ ਐਕਸੀਡੈਂਟ ਹੋਇਆ, ਮੇਰਾ ਪੈਰ ਦਾ ਅੰਗੂਠਾ ਕੱਟਿਆ ਗਿਆ। ਤੇ ਉਸ ਤੋਂ ਬਾਅਦ ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਜ਼ਿਆਦਾ ਹਿੰਮਤੀ ਨਹੀਂ ਹੈਗੇ। ਇੱਕ ਕਿਸੇ ਚ ਮਿਕਸ ਨਹੀਂ ਹੁੰਦੇ। ਜਦੋਂ ਵੀ ਜ਼ਿੰਦਗੀ ਚ ਧਾਰਮਿਕ ਸਥਾਨ ਤੇ ਜਾਓਗੇ ਤੁਹਾਡਾ ਨੁਕਸਾਨ ਹੋ ਜਾਊਗਾ। 2010 ਤੋਂ ਤੁਹਾਡਾ ਟਾਈਮ ਖਰਾਬ ਚੱਲ ਰਿਹਾ ਹੈ। ਬਿਲਕੁਲ ਸਹੀ ਜੀ। ਤੇ ਲੇਕਿਨ ਹੁਣ ਤੁਹਾਡੇ ਬੜੇ ਰਸਤੇ ਖਰਾਬ ਚੱਲ ਰਹੇ ਆ, ਤੁਹਾਨੂੰ ਆ ਕੇ ਮਿਲਣਾ ਪੈਣਾ। ਆਪਦਾ ਕੰਮ ਕੋਈ ਨਾ ਕੋਈ ਕਰੋ। ਨੌਕਰੀ ਜਿਹੜੀ ਮਿਲ ਵੀ ਗਈ ਤਾਂ ਤੁਹਾਡਾ ਜ਼ਿਆਦਾ ਮਿਹਨਤ ਕਰਨ ਨੂੰ ਜੀ ਨਹੀਂ ਕਰਦਾ, ਸਰੀਰ ਜ਼ਿਆਦਾ ਅੱਛਾ ਨਹੀਂ ਰਹਿੰਦਾ। ਤੁਹਾਨੂੰ ਕੰਮ ਚਾਹੀਦਾ ਬੈਠਕ ਵਾਲਾ, ਸੁੱਕਾ ਕੰਮ ਚਾਹੀਦਾ ਜਿਹਦੇ ਚ ਜ਼ਿਆਦਾ ਭਕਾਈ ਨਾ ਹੋਵੇ। ਬਿਲਕੁਲ ਸਹੀ, ਇਕਦਮ ਸਹੀ ਕਹਿੰਦੇ ਤੁਸੀਂ। ਠੀਕ ਹੈ ਜੀ, ਤੁਸੀਂ ਆਣ ਕੇ ਮਿਲੋ, ਫਿਰ ਤੁਹਾਨੂੰ ਮੈਂ ਦੱਸਣਾ ਕਿੱਦਾਂ ਸੈਟਿੰਗ ਕੀ ਹੋਣਾ ਆ। ਤੁਹਾਨੂੰ ਆਣਾ ਪੈਣਾ, ਮੈਂ ਤਾਂ ਹੀ ਕਹੀ ਜਾਂਦਾ, ਹਿੰਮਤ ਰੱਖਿਆ ਕਰੋ। ਲੁਧਿਆਣਾ? ਲੁਧਿਆਣਾ ਹਾਂਜੀ, ਬੱਸ ਅੱਡੇ ਦੇ ਕੋਲ, ਮਾਡਲ ਗ੍ਰਾਮ ਸੰਪੂਰਨ ਕਲੋਨੀ। ਮਾਡਲ ਗ੍ਰਾਮ ਆ, ਥੱਲੇ ਡਰੈਸ ਲਿਖਿਆ ਹੁੰਦਾ, ਸਾਰਾ ਨੋਟ ਕਰ ਲਓ। ਜੈ ਸ਼੍ਰੀ ਰਾਮ। ਹੈਲੋ, ਨਮਸਕਾਰ ਜੀ। ਡੇਟ ਓ ਟਾਈਮ ਬੋਲੋ ਵੀਰ ਜੀ। ਹਾਂਜੀ, 14/12/2018 ਜੀ। 14/12/2018 ਜੀ। ਜਨਮ ਦਾ ਟਾਈਮ? 5:13 ਜੀ, ਸ਼ਾਮ ਦੇ ਜੀ। ਹਾਂਜੀ ਕੀ ਪੁੱਛਣਾ ਚਾਹੁੰਦੇ ਹੋ? ਜੀ ਬੱਚੇ ਦੇ ਫਿਊਚਰ ਬਾਰੇ ਪੁੱਛਣਾ ਸੀ ਵੀ, ਗਰੀਬੀ ਬਹੁਤ ਜ਼ਿਆਦਾ ਜੀ, ਇਹ ਬੱਚਾ ਕਿਵੇਂ ਰਹੂਗਾ ਜੀ? ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਜੀ ਬਰਨਾਲੇ ਤੋਂ ਜੀ। ਤੁਹਾਡਾ ਬੱਚਾ ਕੀ ਲੱਗਦਾ? ਮੇਰਾ ਬੇਟਾ ਜੀ। ਤੁਸੀਂ ਇੱਕ ਤਾਂ ਕਿਸੇ ਨਾਲ ਬਹਿਸ ਨਹੀਂ ਫਾਲਤੂ। ਠੀਕ ਹੈ ਜੀ। ਵੀਰਵਾਰ ਤੋਂ ਵੀਰਵਾਰ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਤੁਸੀਂ ਦਵੋ। ਠੀਕ ਹੈ ਜੀ। ਤੇ ਘਰ ਚ ਕੱਚੀ ਲੱਸੀ ਦਾ ਛਿੱਟਾ ਦੇਣਾ। ਅੱਛਾ ਜੀ। ਨੰਗੇ ਪੈਰ ਲੇਡੀਜ਼ ਨਾ ਫਿਰੇ। ਠੀਕ ਹੈ ਜੀ। 2 ਮਹੀਨੇ ਧਾਰਮਿਕ ਸਥਾਨ ਤੇ ਚੀਨੀ ਦਾਨ ਦਿੰਦੇ ਰਹਿਣਾ, ਸ਼ੁੱਕਰਵਾਰ ਨੂੰ ਹਰ ਵਾਰੀ। ਠੀਕ ਹੈ ਜੀ। ਉਸ ਤੋਂ ਬਾਅਦ ਦੇਖਿਓ ਹਾਲਾਤ ਕਿੱਦਾਂ ਦੇ ਹੁੰਦੇ ਤੁਹਾਡੇ, ਹੋਲੀਓ ਬਾਅਦ ਬਹੁਤ ਅੱਛੇ ਹੋ ਜਾਓਗੇ। ਜੈ ਸ਼੍ਰੀ ਰਾਮ। ਹੈਲੋ ਹੈਲੋ ਹਾਂਜੀ, ਡੇਟ ਓ ਟਾਈਮ ਬੋਲੋ। ਸਰ ਮੈਂ ਆਪਣੇ ਘਰ ਵਾਲੇ ਬਾਰੇ ਪੁੱਛਣਾ, ਉਹਨਾਂ ਦੀ ਡੇਟ ਓ ਬਰਥ 13/4/1999 ਹੈ। ਜਨਮ ਦਾ ਟਾਈਮ? 12-1 ਵਜੇ ਦੇ ਵਿਚਕਾਰ ਹੈ, ਦੁਪਹਿਰ ਦੇ। 12-1 ਦੇ ਵਿੱਚ? ਹਾਂਜੀ ਹਾਂਜੀ। ਕੀ ਪੁੱਛਣਾ ਚਾਹੁੰਦੇ ਹੋ? ਉਹਨਾਂ ਦਾ ਕੰਮ ਕਾਰ ਵੀ ਠੀਕ ਨਹੀਂ ਚੱਲ ਰਿਹਾ ਹੈਗਾ ਹੁਣ ਸਿਸਟਮ ਤੋਂ। ਲੋਹੇ ਦੀ ਗੋਲੀ ਲਾਲ ਰੰਗ ਕਰਕੇ ਆਪਦੇ ਕੋਲੇ ਰੱਖਣੀ, ਬਗੈਰ ਜੋੜ ਤੋਂ ਚਾਂਦੀ ਦਾ ਕੜਾ ਰੱਖਣਾ। ਇਹਨਾਂ ਨੇ ਆਪਦੇ ਮਾਂ ਪਿਓ ਤੋਂ ਦੂਰ ਰਹਿਣਾ ਆ, ਉਨਾ ਹੀ ਜ਼ਿਆਦਾ ਫਲੂਗੇ। ਠੀਕ ਹੈ ਜੀ। ਕਦੇ ਕਦੇ ਕਾਂ ਨੂੰ ਰੋਟੀ ਪਾਣੀ, ਲੋਹੇ ਦਾ ਕੜਾ ਪਾ ਕੇ ਰੱਖਣਾ। ਜੈ ਸ਼੍ਰੀ ਰਾਮ। ਹੈਲੋ
ਹੈਲੋ ਹੈਲੋ ਹਾਂਜੀ ਡੇਟ ਟੂ ਟਾਈਮ ਦੱਸੋ 22 ਦਸੰਬਰ 1991 ਜੀ 22 ਦਸੰਬਰ 22 ਦਸੰਬਰ 1991 ਜੀ 92 ਹਾਂਜੀ ਹਾਂਜੀ ਟਾਈਮ ਜਨਮ ਦਾ ਵੀਰ ਜੀ ਜਨਮ ਦਾ ਟਾਈਮ ਹੈਲੋ ਹੈਲੋ ਜਨਮ ਦਾ ਟਾਈਮ ਰਾਤ ਦੇ 9 ਵਜੇ ਦਾ ਜੀ 2 ਵਜੇ ਦਾ ਹਾਂਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਸਾਡੀ ਨਹੀਂ ਹੋ ਰਹੀ ਜੀ ਇਹ ਤੁਹਾਡੀ ਹੈ ਡੇਟ ਆਫ ਬਰਥ ਹਾਂਜੀ ਡੇਟ ਆਫ ਤੁਹਾਡੀ ਹੈ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਗੁਰਦਾਸਪੁਰ ਤੋਂ ਦੋ ਯੋਗ ਤੁਹਾਡੇ ਲੰਘ ਚੁੱਕੇ ਸ਼ਾਦੀ ਦੇ ਠੀਕ ਹੈ ਜੀ ਅਗਲਾ ਯੋਗ ਵੀ ਤੁਹਾਡਾ ਤਿਆਰ ਹੀ ਹੈ ਕੋਈ ਅਪਾਏ ਦੀ ਲੋੜ ਨਹੀਂ ਕਦੇ ਕਦੇ ਦਹੀਂ ਮਲ ਕੇ ਨਹਾ ਲੈਣਾ ਪਰਫਿਊਮ ਜ਼ਿਆਦਾ ਲਗਾਉਣਾ ਜੈ ਸ਼੍ਰੀ ਰਾਮ ਹੈਲੋ ਹੈਲੋ ਹਾਂਜੀ ਡੇਟ ਆਫ ਟਾਈਮ ਬੋਲੋ ਜੀ 23-10-1990 ਜਨਮ ਦਾ ਟਾਈਮ ਸਵੇਰੇ 7 ਵਜੇ ਦਾ ਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਬਸ ਇਹੀ ਮੈਰਿਜ ਬਾਰੇ ਪੁੱਛਣਾ ਚਾਹੁੰਦੇ ਹੋ ਇੱਕ ਤਾਂ ਕਿਸੇ ਨਾਲ ਬਹਿਸ ਨਾਲ ਨਹੀਂ ਟੁੱਟੀ ਹੋਈ ਕੁਰਸੀ ਮੇਜ਼ ਘਰੇ ਰੱਖਣਾ ਦੋ ਰੋਟੀਆਂ ਤੰਦੂਰ ਦੀਆਂ ਹਰ ਸਾਲ ਬਣਾ ਕੇ ਕੁੱਤੇ ਨੂੰ ਪਾਣੀਆਂ ਮੰਗਲਵਾਰ ਨੂੰ ਜਲਦਬਾਜ਼ੀ ਨਹੀਂ ਕਰਨੀ ਬੁਰਸ਼ ਦੋ ਵਾਰੀ ਕਰਨਾ ਠੀਕ ਹੈ ਜੀ ਮੈਰਿਜ ਤੋਂ ਪਹਿਲੇ ਮਿਲਣਾ ਜ਼ਿਆਦਾ ਤੌਰ ਤੇ ਲੜਕੀ ਹਾਂਜੀ ਮੈਂ ਕਿਹਾ ਲੁਧਿਆਣੇ ਤੋਂ ਬੋਲਦੇ ਆ ਮੈਂ ਕਿਹਾ ਤੁਸੀਂ ਮਿਲਣਾ ਆ ਵਿੱਚੋਂ ਠੀਕ ਹੈ ਜੀ ਸਿਰ ਢੱਕ ਕੇ ਰੱਖਣਾ ਜਲਦਬਾਜ਼ੀ ਨਹੀਂ ਕੋਈ ਕਰਨੀ ਠੀਕ ਹੈ ਜੈ ਸ਼੍ਰੀ ਰਾਮ ਹੈਲੋ ਹੈਲੋ ਹਾਂਜੀ ਹਾਂਜੀ 12 ਜੁਲਾਈ 1995 12 ਜੁਲਾਈ 1995 5:25 ਸੂਬਾ ਦੇ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਜੋਬ ਬਾਰੇ ਜੀ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਮੁਕਤਸਰ ਬਗੈਰ ਸੋਚੇ ਕੰਮ ਕਰਨਾ ਤਾਂਬੇ ਦੇ ਬਰਤਨ ਦਾ ਰੱਖਿਆ ਪਾਣੀ ਪੀਣਾ ਕਦੇ ਕਦੇ ਠੀਕ ਹੈ ਖਿਜਣਾ ਨਹੀਂ ਜ਼ਿਆਦਾ ਠੀਕ ਹੈ ਜੀ ਕਿਸੇ ਨੂੰ ਨੌਕਰੀ ਵਾਸਤੇ ਪੈਸੇ ਨਹੀਂ ਦੇਣੇ ਠੀਕ ਹੈ ਜੀ ਠੀਕ ਹੈ ਜੀ ਹਰੀ ਮੂੰਗੀ ਇੱਕ ਦੋ ਵਾਰੀ ਦਾਨ ਦਿਓ ਬੁੱਧਵਾਰ ਨੂੰ ਠੀਕ ਹੈ ਜੀ ਤੇ ਕਦੇ ਕਦੇ ਸ਼ੱਕਰ ਨਾਲ ਸ਼ਾਮ ਨੂੰ ਰੋਟੀ ਖਾ ਲਿਆ ਕਰੋ ਠੀਕ ਹੈ ਜੈ ਸ਼੍ਰੀ ਰਾਮ ਹੈਲੋ ਹਾਂਜੀ ਨਮਸਕਾਰ ਜੀ ਡੇਟ ਆਫ ਟਾਈਮ ਬੋਲੋ 26-2-1983 ਜਨਮ ਦਾ ਟਾਈਮ 2:15 ਤੜਕੇ ਦਾ ਸਵਾ ਦੋ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਐਕਚੁਅਲੀ ਮੇਰਾ ਕੇਸ ਚੱਲਦਾ ਹੈ ਜੀ ਅੱਛਾ ਕਾਹਦਾ ਜੀ ਮੇਰੀ ਨੌਕਰੀ ਹਾਂਜੀ ਨੌਕਰੀ ਵੀ ਜਾ ਚੁੱਕੀ ਹੈ ਮੇਰੀ ਕਾਹਦਾ ਕੇਸ ਚੱਲਦਾ ਮੇਰਾ ਡਿਵੋਰਸ ਦਾ ਕੇਸ ਚੱਲ ਰਿਹਾ ਨੌਕਰੀ ਤੁਹਾਡੀ 2008 ਚ ਖਤਰੇ ਚ ਪੈ ਗਈ ਸੀਗੀ ਜਾਂ 2016 ਚ ਹਾਂਜੀ 2016 ਜੀ ਕੀ ਕਰਦੇ ਕੀ ਸੀ ਕੰਸਟਰਕਸ਼ਨ ਦਾ ਕੰਮ ਸੀਗਾ ਹਾਂਜੀ ਦਾ ਕੰਮ ਸੀ ਜੀ ਸਰਕਾਰੀ ਸੀਗਾ ਹਾਂਜੀ 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 ਕਿਹੜੀ ਜਗ੍ਹਾ ਤੋਂ ਬੋਲਦੇ ਹੋ ਮੋਹਾਲੀ ਤੋਂ ਜੀ ਇੱਕ ਤਾਂ ਤੁਸੀਂ ਚਾਵਲ ਪਾਣੀ ਚ ਜਲ ਪ੍ਰਵਾਹ ਕਰਨੇ ਸੋਮਵਾਰ ਨੂੰ ਦੋ ਵਾਰੀ ਹਾਂਜੀ ਰੋਟੀ ਰਸੋਈ ਖਾਣੀ ਹੈ ਕੀੜਿਆਂ ਦੇ ਭੋਣ ਤੇ ਤਿਲ ਚਾਵਲੀ ਪਾਣੀ ਹੈ ਅੱਛਾ ਜੀ ਬੁਰਸ਼ ਦੋ ਵਾਰੀ ਕਰਨਾ ਅੱਛਾ ਜੀ 7 ਬਦਾਮ ਗਿੱਲਾ ਨਾਰੀਅਲ ਇੱਕ ਦੋ ਵਾਰੀ ਜਲ ਪ੍ਰਵਾਹ ਕਰਨਾ ਹਾਂਜੀ ਤੇ ਫਿਰ ਤੁਸੀਂ ਮੈਨੂੰ ਆਣ ਕੇ ਮਿਲਣਾ ਤਰੀਕ ਤੋਂ ਬਾਅਦ ਠੀਕ ਹੈ ਜੀ ਜੈ ਸ਼੍ਰੀ ਰਾਮ ਹੈਲੋ ਹੈਲੋ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਡੇਟ ਆਫ ਟਾਈਮ ਬੋਲੋ 19-8-84 ਜੀ 19-8-84 ਟਾਈਮ ਟਾਈਮ ਜੀ 9:20 PM 9:20 PM ਹਾਂਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਸਰ ਗੱਡੀ ਸੇਲ ਕੀਤੀ ਹੈ ਕਿਸੇ ਨਾਲ ਪਾਰਟਨਰ ਸੀਗੀ ਰਿਸ਼ਤੇਦਾਰ ਨਾਲ ਅੱਛਾ ਜੀ ਤੇ ਪੇਮੈਂਟ ਦਾ ਪੁੱਛਣਾ ਸੀ ਵੀ ਪੇਮੈਂਟ ਦੀ ਕਿੰਤੂ ਪਰੰਤੂ ਜੀ ਹੋ ਰਹੀ ਹੈ ਵੀ ਆਜੂਗੀ ਕੀ ਪ੍ਰੋਸੈਸ ਰਹੂਗਾ ਟਰੱਕ ਸੀ ਕੀ ਸੀਗਾ ਬਲੋਰੋ ਗੱਡੀ ਸੀ ਜੀ ਹੈਲੋ ਇੱਕ ਮਿੰਟ ਵੀਰ ਜੀ
ਦੇਖੋ ਜੀ ਇਹਨਾਂ ਦੇ ਵਿੱਚ ਲੇਡੀਜ਼ ਬੇਈਮਾਨ ਹੋਈ ਆ ਕੋਈ। ਅੱਛਾ ਜੀ, ਠੀਕ ਆ ਜੀ। ਤੇ ਪੈਸੇ ਤਾਂ ਤੁਹਾਨੂੰ ਥੋੜੇ ਜਿਹੇ ਰੋਲੇ ਨਾਲ ਹੀ ਮਿਲਨੇ ਆ। ਅੱਛਾ ਜੀ, ਔਰ ਲਾਰਾ ਲੱਪਾ ਜਿਹਾ ਰਹਿਣਾ ਹੈ, ਪੂਰਾ ਜਵਾਬ ਵੀ ਨਹੀਂ ਦੇਣਾ। ਅੱਛਾ, ਤੁਸੀਂ ਕੁਛ ਨਹੀਂ ਕਰਨਾ। ਹਾਂਜੀ, ਬੱਚਿਆਂ ਨੂੰ ਮੰਗਲਵਾਰ ਨੂੰ ਟੋਫੀਆਂ ਦੇਣੀ ਹੈ। ਅੱਛਾ ਜੀ, ਤੇ ਸ਼ੁੱਕਰਵਾਰ ਨੂੰ ਬਰਫੀ ਬਣਨੀ ਹੈ। ਅੱਛਾ ਜੀ, ਤੇ ਪਰਫਿਊਮ ਲਗਾਉਣਾ ਸ਼ੁਰੂ ਕਰ ਦਿਓ। ਜਦੋਂ ਜਾਣਾ ਕੱਲਿਆਂ ਨੇ ਨਹੀਂ ਜਾਣਾ, ਪੈਸੇ ਲੈਣ। ਅੱਛਾ ਜੀ, ਰਿਸ਼ਤੇਦਾਰ ਸੀ ਕੋਈ, ਯਾਰ ਦੋਸਤ ਸੀਗਾ? ਰਿਸ਼ਤੇਦਾਰ ਹੀ ਸੀਗਾ, ਤਰਸੇਮ ਬੋਲਦਾ ਜੀ, ਮੈਂ ਗੰਗਾਨਗਰ ਤੋਂ, ਸੁਨੀਲ ਦੇ ਨਾਲ ਆਉਂਦਾ ਮੈਂ। ਅੱਛਾ, ਮੇਰਾ ਸਾਲਾ ਹੀ ਸੀਗਾ, ਗੱਡੀ ਤੇਲ ਕੱਲ ਹੀ ਕੀਤੀ ਹੈ ਜੀ। ਅੱਛਾ ਜੀ, ਬਸ ਨਾਲ ਤੁਸੀਂ ਆਪਦੇ ਘਰ ਵਾਲੀ ਨੂੰ ਲੈ ਕੇ ਜਾਓ। ਅੱਛਾ ਜੀ, ਪੈਸੇ ਤਾਂ ਮਿਲੂਗੇ, ਜਨਾਨੀ ਨਾ ਰੱਖੋ ਆਪਦੇ ਪਾਸ। ਠੀਕ ਹੈ ਜੀ, ਕੱਲਿਆਂ ਨੀ ਜਾਣਾ? ਕੱਲਿਆਂ ਨੀ ਜਾਣਾ, ਕੱਲਿਆਂ ਨੂੰ ਤੁਹਾਨੂੰ ਦਵਾਲ ਨੀ, ਕੁਛ ਨਾ ਕੁਛ ਹੋਰ ਹੀ ਹੋਜੂ। ਅੱਛਾ ਜੀ, ਤੇ ਮਗਰ ਪੈ ਜਾਓ, ਇਹਨੇ ਢਿੱਲ ਨਾ ਵਰਤੀਓ, ਪੈਸੇ ਆ ਜੂਗੇ। ਠੀਕ, ਆ ਜਾਣਗੇ ਜੀ। ਹਾਂ, ਮਗਰ ਪੈਣਾ ਪਊਗਾ, ਜਨਾਨੀ ਨਾਲ ਲੈ ਕੇ ਜਾਣਾ। ਠੀਕ ਹੈ ਜੀ, ਕੱਲ ਹੀ ਵਗ ਜਾਂਦੇ ਆ, ਕੱਲ ਹੀ ਵਿੱਚ ਹੀ। ਹਾਂ, ਵਗ ਜਾਓ, ਜੈ ਸ਼੍ਰੀ ਰਾਮ। ਕਿਉਂਕਿ ਹਲੇ ਨਾਮ ਨਹੀਂ ਕਰਾਈ, ਉਹਨੇ ਰੋਲਾ ਪਾ ਸਕਦੇ ਆ। ਜੈ ਸ਼੍ਰੀ ਰਾਮ। ਹੈਲੋ, ਹੈਲੋ, ਡੇਟ ਆਫ ਟਾਈਮ ਬੋਲੋ ਜੀ। ਹਾਂਜੀ, ਮੇਰਾ ਹੈਗਾ ਜੀ 22 ਜਨਵਰੀ। ਹਾਂਜੀ, 1983। 22 ਜਨਵਰੀ 1983। ਅੰਮ੍ਰਿਤਸਰ ਜੀ। ਟਾਈਮ? ਟਾਈਮ ਸਵੇਰੇ 7:55 ਜੀ। ਹਾਂਜੀ, ਕੀ ਪੁੱਛਣਾ ਜੀ? ਮੈਂ ਇਹ ਪੁੱਛਣਾ ਸੀ ਜੀ, ਮੈਂ ਬਾਹਰ ਜਾਣ ਦਾ ਅਪਲਾਈ ਕਰ ਰਿਹਾ, ਇੱਕ ਮੈਂ ਪੇਪਰ ਦਿੱਤੇ ਹੋਏ ਆ, ਦੇਖੋ ਵੀਰ ਜੀ, ਅਗਰ ਬਾਹਰ ਦਾ ਬਣ ਜੇ ਤੇ ਸੋਨੇ ਤੇ ਸੁਹਾਗਾ ਹੈ। ਅੱਛਾ ਜੀ, ਤੇ ਨੌਕਰੀ ਵਾਸਤੇ ਕਿਸੇ ਨੂੰ ਪੈਸੇ ਨਾ ਦਈਓ। ਠੀਕ ਹੈ ਜੀ, ਇੱਕ ਚਾਂਦੀ ਦਾ ਛੱਲਾ ਪਾਣਾ, ਲਵਾਰਸ ਲਾਸ਼ ਤੇ 2 ਗਜ ਕੱਪੜਾ ਪਾਣਾ। ਇੱਕ ਨੌਕਰੀ ਦਾ ਇੰਤਜ਼ਾਰ ਕਰੋ, ਮੁੜ ਕੇ ਬਾਹਰ ਵਾਲਾ ਬਗੈਰ ਪੈਸੇ ਤੋਂ ਆਪਦਾ ਕੋਸ਼ਿਸ਼ ਕਰਦੇ ਰਹੋ, ਪਹਿਲੇ ਪੈਸੇ ਨਾ ਦਈਓ ਕਿਤੇ। ਨਹੀਂ, ਬਾਹਰ ਦਾ ਪੈਸੇ ਨਾ ਦੇਣਾ ਜੀ, ਬਾਹਰ ਤਾਂ ਵੈਸੇ PR ਅੱਜ ਕੱਲ ਮਿਲੀ ਜਾਂਦੀ ਹੈ ਪੜ੍ਹਾਈ ਦੇ ਬੇਸ ਤੇ। ਭਾਜੀ, ਉਹ ਵੀ ਕਰਨੀ ਪੈਣੀ ਹੈ। ਅੱਛਾ ਜੀ, ਉਹ ਵੀ PR ਦੇ ਉੱਪਰ ਵੀ ਬੜੇ ਬੰਦੇ ਬੈਠੇ ਆ ਚੰਡੀਗੜ੍ਹ ਚ ਮਗਰਮੱਛ। ਅੱਛਾ ਜੀ, ਜਿਨ੍ਹਾਂ ਨੇ ਲੈਟਰ ਦੇ ਦਿੱਤੀ, ਕਹਿੰਦਾ ਇੰਨੇ ਪੈਸੇ ਜਮਾ ਕਰਾ ਦੋ, ਮੁੜ ਕੇ ਤੁਸੀਂ ਗੇੜੇ ਕੱਢੋ ਦਾ ਕੀ ਫਾਇਦਾ। ਕਿਉਂਕਿ ਤੁਹਾਡੇ ਬਿਜ਼ਨਸ ਦੇ ਜ਼ਿਆਦਾ ਚੱਕਰ, ਇੱਥੇ ਬਿਜ਼ਨਸ ਕੀ ਕਰੋਗੇ ਤੁਸੀਂ, ਇੱਥੇ ਬਿਜ਼ਨਸ ਫੇਲ ਹੀ ਆ, ਤੁਹਾਨੂੰ ਪਤਾ ਸਾਰੇ। ਹਾਂਜੀ ਹਾਂਜੀ, ਇਸ ਕਰਕੇ ਤੁਹਾਨੂੰ ਬਾਹਰ ਜਾਣ ਚ ਫਾਇਦਾ ਹੈ, ਮਿਹਨਤੀ ਹੈਗੇ ਹੋ ਤੁਸੀਂ। ਜਦੋਂ ਤੁਸੀਂ ਬਾਹਰ ਜਾਓਗੇ ਬੜੇ ਬਿਜ਼ਨਸ ਮਿਲ ਜੂਗੇ ਤੁਹਾਨੂੰ। ਪੰਪ ਵੀ ਲਾ ਸਕਦੇ ਹੋ, ਲੋਹੇ ਦਾ ਬਿਜ਼ਨਸ ਵੀ ਕਰ ਸਕਦੇ ਹੋ, ਟਰਾਲਾ ਵੀ ਚਲਾ ਸਕਦੇ ਹੋ, ਬਿਲਡਿੰਗ ਲਾਈਨ ਦਾ ਕੰਮ ਵੀ ਕਰ ਸਕਦੇ ਹੋ, ਇਹ ਵੀ ਠੀਕ ਹੈ ਤੁਹਾਡੇ ਵਾਸਤੇ। ਜੈ ਸ਼੍ਰੀ ਰਾਮ। ਹੈਲੋ, ਹਾਂਜੀ, 13 ਦਸੰਬਰ। ਹਾਂਜੀ, 2013 ਜੀ, 13 ਦਸੰਬਰ 2003 2003 ਕਰਤਾ ਜੀ। ਹਾਂਜੀ, ਟਾਈਮ? ਟਾਈਮ ਹੈਗਾ ਟਾਈਮ 12:30 ਦਾ, ਰਾਤ ਦਾ ਜੀ। ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਲੜਕੀ ਬਾਰੇ ਪੁੱਛਣਾ ਜੀ, ਪੜ੍ਹਾਈ ਬਾਰੇ ਲੜਕੀ ਦੀ ਪੁੱਛਣਾ ਜੀ। ਲੜਕਾ ਕਿ ਲੜਕੀ? ਲੜਕੀ ਆ ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਹਾਂਜੀ, ਲੁਧਿਆਣੇ ਦਾ ਸਰ। ਮੈਨੂੰ ਆਣ ਕੇ ਇੱਕ ਵਾਰੀ ਮਿਲ ਕੇ ਜਾਣਾ ਹੈ। ਹਾਂਜੀ, ਇਹ ਬੱਚੀ ਜ਼ਿਆਦਾ ਤੇਜ਼ ਨਹੀਂ ਹੈਗੀ, ਸ਼ਰੀਰ ਜ਼ਿਆਦਾ ਅੱਛਾ ਨਹੀਂ ਹੈਗਾ, ਸੋਊਗੀ ਖੁੱਲੀ ਹੋ ਕੇ। ਹਾਂਜੀ, ਤੇ ਇਹਦਾ ਸ਼ਰੀਰ ਠੀਕ ਨਹੀਂ ਚੱਲ ਰਿਹਾ ਹੁਣ। ਹਾਂਜੀ, ਇੱਕ ਵਾਰੀ ਆਣ ਕੇ ਮਿਲੋ। ਹਾਂਜੀ, ਤੇ ਕਦੇ ਕਦੇ ਦਹੀਂ ਮਲ ਕੇ ਨਹਾਣਾ। ਠੀਕ ਹੈ ਜੀ, ਜੈ ਸ਼੍ਰੀ ਰਾਮ। ਪੜ੍ਹਾਈ ਬਾਰੇ ਜ਼ਿਆਦਾ ਵਧੀ ਨੇ, ਤਾਂ ਹੀ ਤੁਹਾਨੂੰ ਮੈਂ ਬੁਲਾਇਆ। ਜੈ ਸ਼੍ਰੀ ਰਾਮ। ਹੈਲੋ, ਹਾਂਜੀ, ਡੇਟ ਆਫ ਟਾਈਮ ਬੋਲੋ, ਟੀਵੀ ਤੋਂ ਦੂਰ ਹੋ ਜਾਓ। ਟੀਵੀ ਦੂਰ ਹੋ ਜੀ। ਹਾਂਜੀ ਬੋਲੋ। 10/6/76 ਜੀ। ਜਨਮ ਦਾ ਟਾਈਮ ਜੀ? ਜਨਮ ਦਾ ਬਾਬਾ ਜੀ ਟਾਈਮ ਦਾ ਨਹੀਂ ਪਤਾ ਜੀ। ਕੀ ਪੁੱਛਣਾ ਚਾਹੁੰਦੇ ਹੋ? ਮੇਰਾ ਐਕਸੀਡੈਂਟ ਬਹੁਤ ਬੜੇ 2-3 ਵਾਰੀ ਹੋ ਗਏ ਜੀ। 1900 ਕਿੰਨਾ ਦੱਸਿਆ? 76 ਕਿੰਨਾ ਦੱਸਿਆ?
10676 76 ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਪਿੰਡ ਪਧਾਸ ਜ਼ਿਲ੍ਹਾ ਕਪੂਰਥਲਾ। ਕੀ ਚਲਾਉਂਦੇ ਕੀ ਹੋ? ਚਲਾਉਂਦਾ ਬਾਬਾ ਜੀ ਕੱਖ ਨੀ, ਮੋਟਰਸਾਈਕਲ ਜਾ ਮੋਟਰਸਾਈਕਲ ਤੋਂ ਦੋ ਵਾਰੀ ਵੱਜਿਆ, ਹੁਣ ਮੇਰੇ ਰਾਹ ਜਾਂਦੇ ਵਿੱਚ ਮੋਟਰਸਾਈਕਲ ਮਾਰਿਆ ਤੇ ਹੁਣ ਫੇਰ ਲੱਤ ਟੁੱਟ ਗਈ ਮੇਰੀ। ਇਹ 2012 ਤੋਂ ਹੀ ਸਿਸਟਮ ਖਰਾਬ ਚੱਲ ਰਿਹਾ। ਹਾਂਜੀ ਹਾਂਜੀ, ਕਾਲਾ ਨਮਕ ਪਾਣੀ ਚ ਜਲ ਪ੍ਰਵਾਹ ਕਰਨਾ ਸ਼ਨੀਵਾਰ ਨੂੰ ਥੋੜਾ ਜਾ। ਠੀਕ ਹੈ ਬਾਬਾ ਜੀ। ਰੋਟੀ ਜ਼ਿਆਦਾ ਜਿੱਥੇ ਬੰਦੀ ਬੈਠ ਕੇ ਖਾਣੀ ਜਦੋਂ ਠੀਕ ਹੋ ਜਾਓ। ਠੀਕ ਹੈ ਬਾਬਾ ਜੀ। ਤੇ ਇੱਕ ਵਾਰੀ ਆ ਕੇ ਮਿਲਣਾ, ਕਦੇ ਜ਼ਿੰਦਗੀ ਚ ਐਕਸੀਡੈਂਟ ਨਹੀਂ ਮੁੜ ਕੇ ਹੋਊਗਾ। ਠੀਕ ਹੈ ਬਾਬਾ ਜੀ। ਮੇਰੀ ਲੱਤ ਇੱਕ ਵਾਰੀ 3 ਵਾਰੀ ਟੁੱਟ ਗਈ ਬਾਬਾ ਜੀ। ਭਾਜੀ ਤੁਸੀਂ ਇੱਕ ਵਾਰੀ ਆ ਕੇ ਮਿਲੋ, ਮੁੜ ਕੇ ਤੁਹਾਨੂੰ ਕੋਈ ਦਿੱਕਤ ਕਦੇ ਨਹੀਂ ਆਉਣ ਦਿੰਦਾ। ਠੀਕ ਹੈ ਬਾਬਾ। ਜੈ ਸ਼੍ਰੀ ਰਾਮ। ਹੈਲੋ, ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਸੁਣ ਰਹੇ ਹੈ, ਮਿਲਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਅੱਜ ਸਾਡਾ ਪ੍ਰੋਗਰਾਮ ਸਮਾਪਤ ਹੋ ਰਿਹਾ, ਕੱਲ੍ਹ ਐਸੇ ਚੈਨਲ 'ਤੇ ਫਿਰ ਮਿਲਾਂਗੇ। ਅੱਜ ਸਾਨੂੰ ਦੋ ਇਜਾਜ਼ਤ। ਜੈ ਸ਼੍ਰੀ ਰਾਮ।